ਨਹੀਂ ਇਹ ਹਿੰਮਤ ਕਰ ਲੈਂਦੇ ਨੇ ਤੁਸੀਂ ਵੀ ਕਰਾ ਆਓ ਕੱਲ ਵੀ ਆਇਆ ਤਾਂ ਉਧਰ ਸੇ ਸਮਾਂ ਬਖਸ਼ਿਸ਼ ਕੀਤਾ ਹੈ ਦਾਤਾਰ ਜੋ
ਮੇਹਰ ਪੜਿਆ ਦਿਖਣਾ ਦੋਵਾਂ ਪਰਿਵਾਰਾਂ ਦੇ ਦਾਤਾਰ ਜੋ ਪਰਿਵਾਰਾਂ ਦੇ ਵਿੱਚ ਬੱਸੀਆਂ ਖੇੜੇ ਚੜ੍ਹਦੀਆਂ ਕਲਾਂ ਦੁੱਖਾਂ ਕਲੇਸ਼ਾਂ ਦੇ ਨਾਸ ਆਲ ਕੰਟਕ ਦੂਰ ਕਰਨੀ ਦੇ ਅਰੋਗਤਾ ਤੰਦਰੁਸਤੀ ਬਖਸ਼ਿਸ਼ ਕਰਨੀ ਆਪਸੀ ਵਿੱਚ ਦਾਤਾ ਪਿਓ ਪਿਆਰ ਮੋਹਤਾ ਚੜ੍ਹਦੀਆਂ ਕਲਾਂ ਬੱਚੇ ਕਣੀਆਂ ਅੰਗ ਸੰਗ ਸਹਾਇਤਾ ਕਰਨੀ ਆਪ ਜੀ ਦੇ ਪਾਵਨ ਬਚਨ ਨੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸਮਾਲੇ ਹੱਥ ਦੇ ਰਾਖੇ ਆਪਣੇ ਕੌਮ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੇਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਦੇ ਮਾਤ ਅਨੁਸਾਰ ਸ਼ੁਭ ਮਨੋਭਾਵਨਾ ਵਾਂ ਪੂਰਨ ਕਰਨਿਆ ਐਸ ਵੇਲੇ ਕਰੋ ਕਿਰਪਾ ਮਿਲਣੇ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਜੋ ਜੀ ਆਪ ਜੀ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Thank you.
Thank you.
ਤੇਰਾ ਭਾਈ
ਸਰਕਾਰ ਰਣਜੀਤ ਸਿੰਘ ਜੀ ਅਤੇ ਬੀਬੀ ਸਿਪ੍ਰੀਤ ਕੌਰ ਜੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਬੜੇ ਧਿਆਨ ਨਾਲ ਸੁਣੋ ਜੀ। ਹੁਣ ਭਾਈ ਸਾਹਿਬ ਜੀ ਨਾਮਾਂ ਦਾ ਪਾਠ ਕਰਨਗੇ। ਜਦੋਂ ਭਾਈ ਸਾਹਿਬ ਜੀ ਨੇ ਨਾਮਾਂ ਦਾ ਪਾਠ ਸਮਾਪਤ ਕਰਨਾ ਹੈ ਫਿਰ ਦਾਸਾਂ ਨੇ ਨਾਮਾਂ ਦਾ ਕੀਰਤਨ ਕਰਨਾ ਹੈ। ਸਹਿਜੇ ਆਨੰਦੇ ਹੋ
ਜਾਵੇ ਹਰ ਉਪਜਾਏ ਮਨ ਬਰਾਗ ਜਿਉ ਜਨ ਨਾਨਕ ਬੋਲੇ ਜੇ ਲਾਵੇ ਹਰ ਉਪਜਾਏ ਮਨ ਬਰਾਗ ਜਿਉ ਹਰ ਤੀਜੜੀ ਲਾਓ ਮਨ ਚਾਓ ਮਿਠਾ ਲਾਇਆ ਪਰ ਰਾਮ ਜੀਓ ਹਰ ਮਿਠਾ ਲਾਇਆ